ਅਸਲਾਮੁਅਲੈਕਮ ਦੋਸਤੋ ਇਹ ਡਬਲ ਮੈਨ ਕਾਰਪਟ ਰੋਡ ਅੱਛੀ ਤਰ੍ਹਾਂ ਚੈੱਕ ਕਰ ਲੋ ਇਹ ਆਬਾਦੀ ਮੈਨ ਰੋਡ ਦੇ ਉੱਪਰ ਅੱਛੀ ਤਰ੍ਹਾਂ ਦੇਖ ਲੋ ਇਹ ਆਪਾਂ ਦੋਨਾਂ ਸਾਈਡਾਂ ਤੋਂ ਦੋਸਤਾਂ ਨੂੰ ਡਬਲ ਮੈਨ ਕਾਰਪਟ ਰੋਡ ਦਿਖਾ ਰਹੇ ਹਾਂ ਦੋਸਤੋ ਕਿ ਆਮ ਛੋਟਾ ਮੋਟਾ ਕਿ ਸਿੰਗਲ ਕਾਰਪਟ ਰੋਡ ਨਹੀਂ ਹੈਗਾ ਇਹ ਜੋ ਡਬਲ ਮੈਨ ਕਾਰਪਟ ਰੋਡ ਜਿੱਥੇ ਆਪਣੀ ਜ਼ਮੀਨ ਦਾ ਫਰੰਟ ਹੈ ਤੇ ਇਹ ਵੇਖੋ ਇਸ ਜੱਥ ਇਹ ਨਾਲ ਆਪਣੇ ਕੋਲੇ ਇਹ ਜ਼ਮੀਨ ਹੈਗੀ ਜੇ ਦੋਸਤੋ 13 ਕਨਾਲ ਜਿਵੇਂ ਕਿ ਦੋਸਤੋ ਨੇ ਸਾਹਮਣੇ ਸਕਰੀਨ ਤੇ ਦੇਖ ਲਿਆ ਹੋਣਾ ਕਿ ਸਸਤੀ ਨਹੀਂ ਇੰਤਖਾਈ ਸਸਤੀ ਇਨਸ਼ਾਅੱਲਾ ਦੋਸਤਾਂ ਦੀ ਸੋਚ ਤੋਂ ਵੀ ਜ਼ਿਆਦਾ ਸਸਤੀ ਆਪਣੇ ਕੋਲੇ ਇਹ ਜ਼ਮੀਨ ਹੈਗੀ ਜੇ ਤੁਸੀਂ ਦੋਸਤੋ ਨੇ ਅੱਛੀ ਤਰ੍ਹਾਂ ਆਪਣੀ ਇਹ ਜ਼ਮੀਨ ਦੀ ਵੀਡੀਓ ਦੇਖ ਲੈਣੀ ਅੱਛੀ ਤਰ੍ਹਾਂ ਆਪਣੀ ਗੱਲਬਾਤ ਸੁਣ ਲੈਣੀ ਧਿਆਨ ਨਾਲ ਦੋਸਤੋ ਅਜ ਤੋ ਕੋਈ 5-7 ਸਾਲ ਪਹਿਲੇ ਵੀ ਇੰਨੀ ਸਸਤੀ ਜ਼ਮੀਨ ਨਹੀਂ ਮਿਲਦੀ ਸੀ ਤੇ ਹੁਣ ਕਿੱਥੋਂ ਮਿਲ ਜਾਣੀ ਚੇ ਦੋਸਤੋ ਕਿਉਂਕਿ ਇੰਦਾ ਕਾਰਪਟ ਰੋਡ ਤੇ ਫਰੰਟ ਨਹੀਂ ਹੈਗਾ ਡਬਲ ਮੈਨ ਕਾਰਪਟ ਰੋਡ ਤੇ ਇਹ ਜ਼ਮੀਨ ਦਾ ਫਰੰਟ ਹੈ ਤੇ ਕਈ ਦੋਸਤ ਪੁੱਛਦੇ ਹੁੰਦੇ ਨੇ ਕਿ ਪਤਾ ਨਹੀਂ ਇਹ ਆਮ ਕੋਈ ਰੋਡ ਹੈਗਾ ਦੋਸਤੋ ਰੋਡ ਮੁਖਤਲਫ ਕਿਸਮ ਦੇ ਹੁੰਦੇ ਨੇ ਇੱਕ ਹੁੰਦਾ ਹੈ ਸਿੰਗਲ ਰੋਡ ਇੱਕ ਹੁੰਦਾ ਹੈ ਕਾਰਪਟ ਰੋਡ ਇੱਕ ਹੁੰਦਾ ਡਬਲ ਮੈਨ ਕਾਰਪਟ ਰੋਡ ਯਾਨੀ ਕਿ ਜਿੱਥੇ ਆਪਾਂ ਪੈਟਰੋਲ ਪੰਪ ਚਲਾ ਸਕਨੇ ਆ ਫੈਕਟਰੀ ਚਲਾ ਸਕਨੇ ਆ ਰੈਸਟੋਰੈਂਟ ਹੋਟਲ ਮਾਰਕੀਟਾਂ ਇਹ ਜੇ ਡਬਲ ਮੈਨ ਕਾਰਪਟ ਰੋਡ ਤੇ ਮੁਕੰਮਲ ਇਸ ਕਾਰਪਟ ਰੋਡ ਤੇ ਤੁਹਾਨੂੰ ਆਬਾਦੀ ਮਿਲੇਗੀ ਪੈਟਰੋਲ ਪੰਪ ਮਿਲਣਗੇ ਫੈਕਟਰੀਆਂ ਮਿਲਣਗੀਆਂ ਰੈਸਟੋਰੈਂਟ ਮਿਲਣਗੇ ਯਾਨੀ ਕਿ ਦੋਸਤੋ ਇੰਤਖਾਈ ਕਮ ਕੀਮਤ ਵਿੱਚ ਇੱਥੇ ਆਪਾਂ ਦੁਨੀਆ ਦਾ ਕੋਈ ਵੀ ਕਾਰੋਬਾਰ ਚਲਾ ਸਕਨੇ ਆ ਇਜ਼ਰਾਤੁਲਹਿ ਕੇ ਕਮਰਸ਼ੀਅਲ ਹਰ ਕਿਸਮ ਦੀ ਫਸਲ ਵਾਸਤੇ ਫਾਰਮਿੰਗ ਵਾਸਤੇ ਪੈਟਰੋਲ ਪੰਪ ਲਈ ਫੈਕਟਰੀ ਲਈ ਰੈਸਟੋਰੈਂਟ ਵਗੈਰਾ ਮਾਰਕੀਟਾਂ ਵਗੈਰਾ ਆਪਾਂ ਇੱਥੇ ਕੋਈ ਨਿਜ਼ਾਮ ਚਲਾ ਸਕਨੇ ਆ ਤੇ ਸਭ ਤੋਂ ਮੇਨ ਗੱਲ ਤੁਸੀਂ ਦੋਸਤਾਂ ਨੇ ਮੌਕੇ ਤੇ ਲਾਜ਼ਮੀ ਆਣਾ ਜੀ ਕਿਉਂਕਿ ਹਰ ਜ਼ਮੀਨ ਦਾ ਪਤਾ ਲੱਗਦਾ ਹੁੰਦਾ ਹੈ ਮੌਕੇ ਤੇ ਆ ਕੇ ਵੈਸੇ ਕੋਈ ਵੀਡੀਓ ਦੇਖ ਕੇ ਆਪਾਂ ਫੈਸਲਾ ਨਹੀਂ ਕਰ ਸਕਦੇ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹ ਜ਼ਮੀਨ ਇਸ ਤੋਂ ਵੀ ਅੱਛੀ ਮਲੂਮ ਹੋਵੇਗੀ ਜਦੋਂ ਤੁਸੀਂ ਦੋਸਤ ਮੌਕੇ ਤੇ ਆਉਂਗੇ ਨਾ ਇਸ ਕਾਰਪਟ ਰੋਡ ਤੇ ਸਹੂਲਿਆਤ ਚੈੱਕ ਕਰੋਗੇ ਆਸ-ਪਾਸ ਦਾ ਮਾਹੌਲ ਵੇਖੋਗੇ ਤੇ ਇਹ ਜ਼ਮੀਨ ਦੋਸਤਾਂ ਨੂੰ ਆਟੋਮੈਟਿਕਲੀ ਪਸੰਦ ਆਣੀ ਕਿਉਂਕਿ ਸਿਰਫ ਇੱਕ ਮੌਕਾ ਤਾਂ ਰਹਿ ਗਿਆ ਹੈ ਬਾਕੀ ਜ਼ਮੀਨ ਦੀ ਕੀਮਤ ਇੰਤਖਾਈ ਕਮ ਉਹ ਮੇਰੇ ਦੋਸਤਾਂ ਦੇ ਸਾਹਮਣੇ ਕਿਉਂਕਿ ਇਹਦੇ ਵਿੱਚ ਇਹ ਬੈਸ ਆਪਣੀ ਪਹਿਲੀ ਖਤਮ ਹੋ ਗਈ ਕਿ ਜ਼ਮੀਨ ਮਹਿੰਗੀ ਹੈ ਜ਼ਮੀਨ ਤੁਸੀਂ ਦੋਸਤ ਖੁਦ ਮੈਨੂੰ ਕਮੈਂਟ ਕਰੋਗੇ WhatsApp ਤੇ ਮੈਸੇਜ ਕਰੋਗੇ ਕਿ ਪਾਈ ਅਬਦੁਲ ਵਕਤ ਵਾਕਈ ਤੁਸੀਂ ਅੱਜ ਇੰਤਖਾਈ ਸਸਤੀ ਜ਼ਮੀਨ ਸਾਨੂੰ ਦਿਖਾਈਏ ਇਹ ਮੈਂ ਗੱਲ ਕਰਦਾ ਭੰਦਾਵੇ ਨਾਲ ਸ਼ੌਲਟੀ ਨਾਲ ਅੱਜ ਮੇਰੇ ਹਰ ਦੋਸਤ ਮੈਸੇਜ ਕਰਨਗੇ WhatsApp ਤੇ ਜਾਂ ਫਿਰ ਮੂਵੀ ਦੇ ਨੀਚੇ ਕਮੈਂਟ ਕਰਨਗੇ ਕਿ ਭਾਈ ਇਹ ਵਾਕਈ ਇੰਤਖਾਈ ਸਸਤੀ ਜ਼ਮੀਨ ਹੈਗੀ ਏ ਤੇ ਦੋਸਤੋ ਇੱਕ ਮਾਲਕ ਦੀ ਇਹ ਜ਼ਮੀਨ ਹੈਗੀ ਜੇ ਇੱਕ ਬੰਦੇ ਨੇ ਦੇਣੇ ਨੂੰ ਬਿਆਨ ਇੱਕ ਮਾਲਕ ਦੀ ਇਹ ਜ਼ਮੀਨ ਹੈ ਨੀਚੇ 60 ਫੁੱਟ ਤੇ ਦੋਸਤਾਂ ਨੂੰ ਸ਼ਰਤੀਆ ਮਿੱਠਾ ਪਾਣੀ ਤੇ ਬੇਸ਼ੁਮਾਰ ਪਾਣੀ ਮਿਲੇਗਾ ਯਾਨੀ ਕਿ ਪਾਣੀ ਕਰੀਬ ਵੀ ਹੈ ਤੇ ਪਾਣੀ ਮਿੱਠਾ ਵੀ ਹੈ। ਯਾਨੀ ਕਿ ਦੋਸਤਾਂ ਨੂੰ ਹਰ ਸਹੂਲਤ ਮਿਲਦੀ ਪਈ ਹੈ। ਸਿਰਫ 60 ਫੁੱਟ ਤੋਂ نیچے ਸ਼ਰਤਿਏ ਮਿੱਠਾ ਪਾਣੀ ਮਿਲਦਾ ਪਿਆ ਹੈ। ਇਹ ਡਬਲ ਮੇਨ ਕਾਰਪਟ ਰੋਡ ਤੇ 200 ਫੁੱਟ ਤੋਂ ਫਰੰਟ ਮਿਲਦਾ ਪਿਆ ਹੈ। ਦੋਸਤੋ ਇਹ ਡਬਲ ਮੇਨ ਕਾਰਪਟ ਰੋਡ ਆਪਾਂ ਦੋਸਤਾਂ ਨੂੰ ਅੱਛੀ ਤਰ੍ਹਾਂ ਇਹ ਵਖਾੰਦੇ ਪਿਆ ਸਾਰਾ ਸਾਰੇ ਮੇਨ ਕਾਰਪਟ ਰੋਡ ਤੇ ਆਬਾਦੀ ਹੀ ਆਬਾਦੀ ਹੈ। ਹੋਟਲ ਨੇ ਮਾਰਕੀਟਾਂ ਨੇ ਪੈਟਰੋਲ ਪੰਪ ਤੇ ਇਸ ਜਗ੍ਹਾ ਤੇ ਆਪਣੀ ਜ਼ਮੀਨ ਦਾ 200 ਫੁੱਟ ਫਰੰਟ ਹੈ ਆਪਣੀ 13 ਕਨਾਲ ਜ਼ਮੀਨ ਤੇ 214 ਦਾ ਫਰੰਟ ਹੈਗਾ ਇਹ ਯਾਨੀ ਕਿ 1 ਏਕੜ ਤੇ 5 ਕਨਾਲ ਉੱਪਰ ਇਹ ਆਪਣੀ ਜ਼ਮੀਨ ਹੈ ਤੇ ਇਸ ਮੇਨ ਰੋਡ ਤੇ ਆਪਣੀ ਜ਼ਮੀਨ ਦਾ 200 ਫੁੱਟ ਫਰੰਟ ਹੈ ਤੇ ਦੋਸਤੋ ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਇਹ ਜ਼ਮੀਨ ਹੈਗੀ ਜੇ ਯਾਨੀ ਕਿ ਮੋਜ਼ਾ ਕੰਪਿਊਟਰਾਈਜ਼ ਹੈ ਤੇ ਦੋਸਤੋ ਇਹ ਜ਼ਮੀਨ ਹੈਗੀ ਜੇ ਐਨ ਮਾਲ ਯਾਨੀ ਕਿ ਇਹ ਜ਼ਮੀਨ ਤਕਰੀਬਨ ਕੋਈ 11 ਕਨਾਲ ਜ਼ਮੀਨ ਐਨ ਮਾਲ ਤੇ 2 ਕਨਾਲ ਜ਼ਮੀਨ ਮਾਲ ਕੀਤੀ ਹੈ ਤੁਸੀਂ ਦੋਸਤੋ ਐਨ ਮਾਲ ਦਾ ਲਫ਼ਜ਼ ਸੁਣ ਕੇ ਬਿਲਕੁਲ ਵੀ ਨਹੀਂ ਘਬਰਾਣਾ ਹੈਗਾ ਜੀ ਅਸੀਂ ਆਈ ਤੂੰ 20 ਸਾਲ ਪਹਿਲੇ ਐਸੀਆਂ ਜ਼ਮੀਨਾਂ ਦੇ ਚੁੱਕੇ ਆ ਜਿਨ੍ਹਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਮਸਲਾ ਨਾ ਸਾਬਤ ਹੋਇਆ ਤੇ ਨਾ ਹੋਣਾ ਸਿਰਫ ਫਿਲ ਵਕਤ ਹੁਣ ਪਾਬੰਦੀ ਲੱਗੀ ਹੋਈ ਹੈ ਹਾਲਾਂਕਿ ਪਹਿਲੇ ਐਨ ਮਾਲ ਜ਼ਮੀਨਾਂ ਟਰਾਂਸਫਰ ਹੁੰਦੀਆਂ ਸਨ ਯਾਨੀ ਕਿ ਦੋਸਤਾਂ ਦੇ ਨਾਂ ਤੇ ਟਰਾਂਸਫਰ ਹੁੰਦੀਆਂ ਸਨ ਸਿਰਫ ਹੁਣ ਪਾਬੰਦੀ ਲੱਗ ਗਈ ਹੈ ਪਾਬੰਦੀ हट ਜਾਏਗੀ ਅਸੀਂ ਦੋਸਤਾਂ ਦੇ ਜ਼ਮੀਨ ਨਾਮ ਕਰਵਾਉਣ ਦੇ پابੰਦ ਹੋਵਾਂਗੇ ਸਾਡੀ ਇਹ ਜ਼ਿੰਮੇਦਾਰੀ ਹੋਵੇਗੀ ਅਸੀਂ ਜ਼ਮੀਨ ਤੁਹਾਡੇ ਦੋਸਤਾਂ ਦੇ ਨਾਮ ਕਰਵਾਣੀ ਹੈ ਯਾਨੀ ਕਿ ਤੁਸੀਂ ਦੋਸਤੋ ਐਂ ਸਮਝ ਲਓ ਕਿ ਸਿਰਫ ਇਹਦਾ ਨਾਮ ਚੇਂਜ ਹੈ ਬਾਕੀ ਮਸਲਾ 1% ਵੀ ਨਹੀਂ ਹੁੰਦਾ ਸਿਰਫ ਇੱਕ ਨਾਮ ਚੇਂਜ ਹੈ ਯਾਨੀ ਕਿ ਜਿਹੜੀ ਉਹ ਜ਼ਮੀਨ ਹੁੰਦੀ ਹੈ ਆਪਣੇ ਨਾਮ ਤੇ ਲੱਗਦੀ ਉਹਨੂੰ ਆਪਾਂ ਕਹਿੰਦੇ ਨੇ ਮਲਕੀਤੀ ਜ਼ਮੀਨ ਹੈਗੀ ਹੈ ਤੇ ਇਹ ਜ਼ਮੀਨ ਹੈਗੀ ਐਨ ਮਾਲ ਜਿਹੜੀ ਕਿ ਤੁਹਾਨੂੰ ਬਕਾਦਾ ਬੈਂਕ ਵਾਲੇ ਸਟਾਮਪ ਤੇ ਮਿਲ ਜਾਣੀ ਹੈ ਜਾਨੀ ਕਿ ਤੁਹਾਨੂੰ ਪੱਕੇ ਸਟਾਮ ਤੇ ਮਿਲ ਜਾਣੀ ਹੈ ਤੁਸੀਂ ਹਮੇਸ਼ਾ ਲਈ ਇਹ ਜ਼ਮੀਨ ਦੇ ਮਾਲਕ ਬਣ ਜਾਓਗੇ ਹਮੇਸ਼ਾ ਲਈ ਤੇ ਸਭ ਤੋਂ ਮੈਨ ਗੱਲ ਜਦੋਂ ਤੁਸੀਂ ਦੋਸਤ ਮੌਕੇ ਤੇ ਆਓਗੇ ਨਾ ਆਪਾਂ ਤੁਹਾਨੂੰ ਉਹ ਦੋਸਤੀ ਦਿਖਾਵਾਂਗੇ ਜਿਹੜੇ ਤਕਰੀਬਨ ਕੋਈ 20 ਸਾਲ ਤੋਂ 25 ਸਾਲ ਤੋਂ ਬੈਠੇ ਹੋਏ ਨੇ ਬਕਾਇਦਾ ਸਟਾਮ ਤੇ ਆਪਣੇ ਉੱਥੇ ਕਾਰੋਬਾਰ ਜਮਾ ਕੇ ਜਿਨ੍ਹਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆਂਦੀ ਪਈ ਤੇ ਨਾ ਹੀ ਕਦੇ ਆਣੀ ਯਾਨੀ ਕਿ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਰਦਾ ਪਿਆ ਸਿਰਫ ਇੱਕ ਨਾਮ ਹੁੰਦਾ ਹੈ ਕਿ ਆ ਜ਼ਮੀਨ ਸਟਾਮਪ ਤੇ ਹੈਗੀ ਤੇ ਆ ਜ਼ਮੀਨ ਆਪਣੇ ਨਾਮ ਲੱਗਦੀ ਹੈ ਬਾਕੀ ਹੋਰ ਕਿਸੇ ਕਿਸਮ ਦਾ ਇੱਕ ਫੀਸੋਦ ਵੀ ਮਸਲਾ ਨਹੀਂ ਹੁੰਦਾ ਹੈਗਾ ਜੀ ਸਾਹਮਣੇ ਸਕਰੀਨ ਤੇ ਦੋਸਤਾਂ ਨੂੰ ਖਾਜੀ ਅਰਫਾਨ ਅਬਾਸ ਸਾਬ ਦੇ ਦੋਵੇਂ ਨੰਬਰ ਮਿਲ ਕੇ ਹੋਣਗੇ ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਨੰਬਰ نیچے ਵਾਲਾ ਕਾਲ ਤੇ ਬਾਕੀ ਦੋਸਤੋ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਵਟਸਐਪ ਨੰਬਰ ਲੱਗਿਆ ਹੁੰਦਾ ਹੈ ਤੁਸੀਂ WhatsApp ਤੇ ਕਿਸੇ ਵੀ ਟਾਈਮ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ ਅਕਸਰ ਤੁਸੀਂ ਦੋਸਤੋ ਸਸਤੀਆਂ ਜ਼ਮੀਨਾਂ ਵੇਖ ਲੈਂਦੇ ਹੋ ਸਾਹਮਣੇ ਸਕਰੀਨ ਤੋਂ ਨੰਬਰ ਗਾਇਬ ਹੁੰਦੇ ਨੇ ਜਾਂ ਫਿਰ ਨੰਬਰ ਬੰਦ ਹੁੰਦੇ ਨੇ ਅੱਲਾ ਦਾ ਸ਼ੁਕਰ ਹੈ ਇੱਕ ਨੰਬਰ ਨਹੀਂ ਤਿੰਨ ਨੰਬਰ ਤੁਹਾਡੇ ਸਾਹਮਣੇ ਨੇ ਆਪਣੇ ਤਿੰਨ ਨੰਬਰ ਦੋ ਨੰਬਰ ਸਾਹਮਣੇ ਸਕਰੀਨ ਤੇ ਹੈਗੇ ਨੇ ਤੇ ਹਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ذاتی ਤੀਸਰਾ ਨੰਬਰ ਮੌਜੂਦ ਹੈਗਾ ਜੀ WhatsApp ਨੰਬਰ ਬਾਕੀ ਕੀਮਤ ਬਾਰੇ ਚ ਮੇਰੇ ਦੋਸਤਾਂ ਨੂੰ ਪਤਾ ਸੀ ਆਪਾਂ ਸਾਹਮਣੇ ਸਕਰੀਨ ਤੇ ਲਿਖਟ ਦੇ ਆ ਸੀ 1,30,000 ਰੁਪਇਆ ਫੀ ਕਨਾਲ ਇਹ ਜ਼ਮੀਨ ਦਾ ਰੇਟ ਹੈਗਾ ਜੀ 1,30,000 ਰੁਪਇਆ ਫੀ ਕਨਾਲ ਤੇ ਆਪਣੇ ਕੋਲੇ ਇਹ 13 ਕਨਾਲ ਜ਼ਮੀਨ ਹੈ 214 ਦਾ ਫਰੰਟ ਤੁਸੀਂ ਮੌਕੇ ਤੇ ਆਉਂਗੇ ਅਸੀਂ ਤੁਹਾਨੂੰ ਦੋਸਤਾਂ ਨੂੰ ਆਪਣੀ ਜ਼ਮੀਨ ਦੇ ਨਾਲ ਮਾਰਕੀਟਾਂ ਪੈਟਰੋਲ ਪੰਪ ਯਾਨੀ ਕਿ ਐਸੇ ਮੈਨ ਡਬਲ ਕਾਰਪੇਟ ਰੋਡ ਤੇ ਹੋਟਲ ਮਾਰਕੀਟਾਂ ਪੈਟਰੋਲ ਪੰਪ ਫੈਕਟਰੀਆਂ ਯਾਨੀ ਕਿ ਇਹ ਜ਼ਮੀਨ ਜਿਹੜੀ ਆਪਾਂ ਨੂੰ ਅਕਸਰ ਕਰੋੜਾਂ ਦੇ ਹਿਸਾਬ ਨਾਲ ਮਿਲਦੀ ਹੁੰਦੀ ਹੈ ਯਾਨੀ ਕਿ 1 ਕਰੋੜ ਰੁਪਿਆ 1.5 ਕਰੋੜ ਰੁਪਿਆ ਉਹਦਾ فی ਏਕੜ ਦੇ ਹਿਸਾਬ ਨਾਲ ਰੇਟ ਹੁੰਦਾ ਜੀ ਲੇਕਿਨ ਜਿਹੜੀ ਇਹ ਜ਼ਮੀਨ ਹੈਗੀ ਹੈ ਇਹਦਾ 10 ਲੱਖ ਤੇ 40 ਹਜ਼ਾਰ ਰੁਪਿਆ فی ਏਕੜ ਦੇ ਹਿਸਾਬ ਨਾਲ ਰੇਟ ਹੈ ਤੇ 1,30,000 ਰੁਪਇਆ فی ਕਨਾਲ ਦੇ ਹਿਸਾਬ ਨਾਲ ਰੇਟ ਹੈਗਾ ਜੀ ਆਪਣੇ ਕੋਲੇ ਇਹ 13 ਕਨਾਲ ਜ਼ਮੀਨ ਇੱਕ ਬੰਦੇ ਦੀ ਜ਼ਮੀਨ ਹੈਗੀ ਜੀ ਸਿਰਫ ਇੱਕ ਲਫ਼ਜ਼ ਹੈ ਐਨ ਮਾਲ ਦਾ ਤੇ ਸਿਰਫ ਇਸ ਲਈ ਆਪਣੀ ਜ਼ਮੀਨ ਹੱਦ ਤੂੰ ਸਸਤੀ ਤੇ ਹੋ ਗਈ ਹੈ ਯਾਨੀ ਕਿ ਥੋੜੀ ਸਸਤੀ ਨਹੀਂ ਹੋਈ ਇਹ ਜ਼ਮੀਨ ਆਪਣੀ ਹੱਦ ਤੂੰ ਸਸਤੀ ਹੋ ਗਈ ਹੈ ਤੇ ਦੋਸਤੋ ਤਖਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਜੀ ਜ਼ਿਲ੍ਹਾ 20 ਚਕਵਾਲ ਤਖਸੀਲ 20 ਚਕਵਾਲ ਇਨਸ਼ਾਅੱਲਾ ਤਾਲਾ ਬਾਸ਼ਰਤੇ ਜ਼ਿੰਦਗੀ ਬਾ ਫਜ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼